ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦਾ ਮੁਖ ਸੇਵਾਦਾਰ ਅੱਜ ਅਸੀਂ ਟੌਪਿਕ ਫੜਾਂਗੇ ਮੁਖ ਸੇਵਾਦਾਰ ਦੇ ਉੱਤੇ ਅਸਲ ਵਿੱਚ ਗੁਰੂ ਘਰ ਦੇ ਮੁਖ ਸੇਵਾਦਾਰਾਂ ਦਾ ਅਸਲੀਅਤ ਤੇ ਕੰਮ ਕੀਏ ਉਹਦੇ ਬਾਰੇ ਜ਼ਿਕਰ ਕਰਨ ਚੱਲੇ ਆਂ ਅਸੀਂ ਅੱਜ ਦੀ ਵੀਡੀਓ 'ਚ ਮੁਖ ਸੇਵਾਦਾਰ ਦਾ ਕੰਮ ਹੈ ਗੁਰੂ ਦੀ ਗੋਲਕ ਨੂੰ ਸਹੀ ਜਗ੍ਹਾ ਇਸਤੇਮਾਲ ਕਰਨਾ ਸਹੀ ਜਗ੍ਹਾ ਦਾ ਮਤਲਬ ਇਹ ਨਹੀਂ ਕਿ ਗੁਰੂ ਘਰ ਦੇ ਵਿੱਚ ਸਿਰਫ ਉਸਾਰੀ ਦੇ ਕੰਮ ਕੀਤੇ ਜਾਣ ਗੁਰੂ ਘਰ ਦੇ ਵਿੱਚ ਸਿਰਫ ਸੋਨਾ ਲਗਾਇਆ ਜਾਏ ਗੁਰੂ ਘਰ ਦੇ ਵਿੱਚ ਪੱਥਰ ਲਗਾਏ ਜਾਣ ਜਾਂ ਗੁਰੂ ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਤੋੜ ਕੇ ਦੁਬਾਰਾ ਉਸਾਰੀ ਕਰਨ ਦੇ ਪ੍ਰਬੰਧ ਕੀਤੇ ਜਾਣ ਇਹ ਗੱਲ ਪੱਕੀ ਹੈ ਕਿ ਗੁਰੂ ਘਰ ਸੋਨੇ ਹੋਣੇ ਚਾਹੀਦੇ ਨੇ ਕਿਉਂਕਿ ਜੇ ਅਸੀਂ ਆਪਣੇ ਘਰ ਨੂੰ ਸੋਨਾ ਬਣਾਉਂਦੇ ਆ ਤੇ ਗੁਰੂ ਘਰ ਨੂੰ ਵੀ ਸੋਨਾ ਬਣਾਉਣਾ ਚਾਹੀਦਾ ਹੈ ਮਗਰ ਜੇਕਰ ਘਰ ਦੇ ਵਿੱਚ ਕੋਈ ਬਿਮਾਰ ਹੋਵੇ ਘਰ ਦੇ ਵਿੱਚ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਘਰ ਦੇ ਵਿੱਚ ਕਿਸੇ ਨੂੰ ਪੜਾਈ ਦੀ ਲੋੜ ਹੋਵੇ ਉਹ ਖਰਚੇ ਰੋਕ ਕੇ ਅਗਰ ਅਸੀਂ ਆਪਣੇ ਘਰ ਦੀ ਉਹ ਸਾਰੀ ਵੱਲ ਧਿਆਨ ਦਿੰਨੇ ਆ ਤੇ ਗੁਰੂ ਵੀ ਕਿਤੇ ਨਾ ਕਿਤੇ ਤੁਹਾਡੇ ਤੋਂ ਖੁਸ਼ ਨਹੀਂ ਹੋਵੇਗਾ ਗੁਰੂ ਵੀ ਇਹ ਕਹਿੰਦਾ ਕਿ ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਬੰਦਾ ਦੁਖੀ ਏ ਕੋਈ ਅਗਰ ਪਰੇਸ਼ਾਨ ਏ ਇਸ ਹਾਲਾਤ ਤੱਕ ਪਰੇਸ਼ਾਨ ਹੋ ਚੁੱਕਿਆ ਕਿ ਉਹ ਆਪਣੀ ਜ਼ਿੰਦਗੀ ਨੂੰ ਗਵਾਨ ਤੱਕ ਨੂੰ ਤਿਆਰ ਹੋ ਚੁੱਕਿਆ ਮਗਰ ਪ੍ਰਬੰਧਕ ਉਸ ਬੰਦੇ ਦੀ ਜਾਨ ਬਚਾਉਣ ਦੀ بجائے ਉਸ ਬੰਦਿਆਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਸਾਡੇ ਗੁਰੂ ਘਰ ਦੇ ਵਿੱਚ ਫੰਡ ਨਹੀਂ ਹੈ ਅਸੀਂ ਗੁਰੂ ਘਰ ਦੇ ਵਿੱਚ ਏਸੀ ਆਰਡਰ ਕੀਤੇ ਹੋਏ ਨੇ ਅਸੀਂ ਆਪਣੇ ਗੁਰੂ ਘਰ ਦੇ ਵਿੱਚ ਸੋਨਾ ਲਗਾਉਣ ਜਾ ਰਹੇ ਆ ਪਰਮਾਤਮਾ ਵਾਹਿਗੁਰੂ ਕਦੀ ਵੀ ਖੁਸ਼ ਨਹੀਂ ਹੋਏਗਾ ਕਿ ਕਿਸੇ ਦੀਨ ਦੁਖੀ ਦੀ ਬਾਹ ਫੜਨ ਦੀ بجائے ਤੁਸੀਂ ਗੁਰੂ ਘਰ ਦੇ ਵਿੱਚ ਬੇਮਤਲਬ ਦੀਆਂ ਉਸਾਰੀਆਂ ਵੱਲ ਸੰਗਤ ਦੇ ਪੈਸੇ ਦਾ ਗਲਤ ਇਸਤੇਮਾਲ ਕਰੋ ਅੱਜ ਅਸੀਂ ਟੌਪਿਕ ਲਿੱਤਾ ਐ OS ਕਰਕੇ ਲਿੱਤਾ ਕਿਉਂਕਿ ਮੈਂ ਤੁਹਾਨੂੰ ਅੱਜ ਦੱਸਣਾ ਚਾਹਨਾ ਕਿ 7.5 ਸਾਲ ਗੁਰੂ ਘਰ ਦੀ ਮੁੱਖ ਸੇਵਾਦਾਰੀ ਦਾਸ ਨੇ ਖੁਦ ਨਵਾਈ ਔਰ ਮੈਨੂੰ ਬੜਿਆ ਫਕਰ ਹੈ ਗੱਲ ਕਹਿੰਦੇ ਹੋਏ ਕਿ 7.5 ਸਾਲਾਂ 'ਚ ਮੈਂ ਗੁਰੂ ਘਰ ਦੀ ਗੋਲਕ ਨੂੰ ਖੁੱਲ ਕੇ ਲਟਾਇਆ ਇਸ ਵੀਡੀਓ ਦੇ ਵਿੱਚ ਮੈਂ ਆਪਣੇ ਬਿਆਨ ਆਪ ਕਬੂਲ ਕਰਦਾ ਕਿ ਗੁਰੂ ਘਰ ਦੀ ਗੋਲਕ ਨੂੰ ਮੈਂ ਖੁੱਲ ਕੇ ਲਟਾਇਆ ਮਗਰ ਲਟਾਇਆ ਕਿੱਥੇ ਉਹ ਮੈਂ ਜ਼ਰੂਰ ਦੱਸਣਾ ਚਾਹਾਂਗਾ 2014 ਦੇ ਵਿੱਚ ਮੇਰੇ ਇਲਾਕੇ ਦੀ ਸੰਗਤ ਨੇ ਮੈਨੂੰ ਚੁਣ ਕੇ ਗੁਰਨਾਨਕਨਗਰ ਸਿੰਘ ਸਭਾ ਦਾ ਮੁਖ ਸੇਵਾਦਾਰ ਚੁਣਿਆ ਉਹ ਚੁਣਨ ਤੋਂ ਬਾਅਦ ਸੰਗਤ ਨੂੰ ਦੱਸਦੇ ਮੈਨੂੰ ਫਕਰ ਮਹਿਸੂਸ ਹੁੰਦਾ ਹੈ ਕਿ ਮੈਂ 25 ਪਰਿਵਾਰ ਆਪਣੇ ਇਲਾਕੇ ਦੇ ਇਸ ਤਰ੍ਹਾਂ ਦੇ ਚੁਣ ਕੇ ਆਪਣੇ ਗੁਰੂ ਘਰ ਦੇ ਵਿੱਚੋਂ ਉਹਨਾਂ ਦੀ ਰਾਸ਼ਨ ਦੀ ਸੇਵਾ ਸ਼ੁਰੂ ਕੀਤੀ ਜਿਹੜੇ ਪਰਿਵਾਰਾਂ ਦੀ ਬਾਹ ਫੜਨ ਵਾਲਾ ਕੋਈ ਸਾਈਂ ਹੋਨਾਰਾ ਨਹੀਂ ਬਚਿਆ ਸੀ ਅਸੀਂ ਉਸ ਸਾਈਂ ਦੀ ਬਾਹ ਉਸ ਪਰਿਵਾਰਾਂ ਨੂੰ ਫੜਾਈ ਜਿਹੜਾ ਸਾਈਂ ਮਾਨਵਤਾ ਦੀ ਬਾਹ ਫੜਦਾ ਜਿਹੜਾ ਸਾਈਂ ਹਰ ਬੰਦੇ ਦੀ ਬਾਹ ਫੜਦਾ ਅਸੀਂ ਉਸ ਸਾਈਂ ਦੀ ਬਾਹ ਉਹ 25 ਪਰਿਵਾਰਾਂ ਨੂੰ ਫੜਾਈ ਗੁਰੂ ਦੀ ਦਿੱਤੀ ਹੋਈ ਮਾਇਆ ਦੇ ਵਿੱਚੋਂ ਸੰਗਤ ਦੇ ਵਿੱਚ 25 ਪਰਿਵਾਰਾਂ ਨੂੰ ਅਸੀਂ ਇੱਕ ਕਿਸਮ ਦਾ ਅਡਾਪਟ ਕੀਤਾ ਉਹਨਾਂ ਨੂੰ ਰਾਸ਼ਨ ਦੀ ਸੇਵਾ ਸ਼ੁਰੂ ਕੀਤੀ। ਅਸੀਂ ਸੇਵਾ ਸ਼ੁਰੂ ਕੀਤੀ ਗੁਰੂ ਦੀ ਗੋਲਕ ਵਿੱਚੋਂ ਕਿ ਅਗਰ ਕੋਈ ਦਵਾਈ ਲੈਣ ਵਾਸਤੇ ਕਿਸੇ ਦੇ ਕੋਈ ਆਪਰੇਸ਼ਨ ਵਾਸਤੇ ਕਿਸੇ ਦੇ ਕੋਈ ਇਲਾਜ ਵਾਸਤੇ ਪੈਸੇ ਦੀ ਲੋੜ ਹੈ ਤੇ ਗੁਰੂ ਦੀ ਗੋਲਕ ਵਿੱਚੋਂ ਕੱਢ ਕੇ ਮੈਂ ਉਸ ਪਰਿਵਾਰ ਦਾ ਸਾਥ ਦਿੱਤਾ। ਅਸੀਂ ਸਾਥ ਦਿੱਤਾ ਜਿੱਥੇ ਕੋਈ ਪੜ੍ਹਾਈ ਵਾਸਤੇ ਦਾਸ ਦੀ ਮੌਜੂਦਗੀ ਦੇ ਵਿੱਚ ਅਗਰ ਕੋਈ ਗੁਰੂ ਘਰ ਦੇ ਵਿੱਚ ਚੱਲ ਕੇ ਆਇਆ ਮੇਰੀ ਪੂਰੀ ਪ੍ਰਬੰਧਕ ਕਮੇਟੀ ਇਸ ਗੱਲ ਦੀ ਗਵਾਹ ਕੀ ਉਹਨਾਂ ਨੇ ਮੇਰਾ ਸਾਥ ਬੇ ਤੜਕੋ ਕੇ ਸਾਥ ਦਿੱਤਾ ਔਰ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਮੇਰਾ ਪੂਰਨ ਸਹਿਯੋਗ ਕੀਤਾ ਕਿ ਅਸੀਂ ਗੁਰੂ ਘਰ ਦੇ ਵਿੱਚ ਅਗਰ ਆਏ ਆ ਤੇ ਅਸੀਂ ਸੰਗਤਾਂ ਦੀ ਬਾਹ ਫੜਨ ਵਾਸਤੇ ਆਇਆ ਕਿਉਂਕਿ ਗੁਰੂ ਦਾ ਸਿਧਾਂਤ ਕਹਿੰਦਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸੀਂ ਉਸ ਗੁਰੂ ਦੀ ਗੋਲਕ ਨੂੰ ਸਹੀ ਜਗ੍ਹਾ ਇਸਤੇਮਾਲ ਕਰਨ ਦਾ ਕੀਤਾ ਮੈਂ ਵੀ ਦੱਸ ਦੇਣਾ ਚਾਹਨਾ ਕਿ ਇਹ ਨਹੀਂ ਕਿ ਅਸੀਂ ਸਿਰਫ ਉਹ ਪੈਸੇ ਨੂੰ ਸੰਗਤ ਵਿੱਚ ਹੀ ਵਰਤਾਂਦੇ ਰਹੇ ਗੁਰੂ ਘਰ ਦੀ ਉਸਾਰੀ ਵਿੱਚ ਕੋਈ ਕੰਮ ਨਹੀਂ ਕੀਤਾ ਮੈਂ ਦੱਸ ਦੇਣਾ ਚਾਹਨਾ ਅਸੀਂ ਆਂਦੇ ਹੀ ਉਸ ਬਾਥਰੂਮ ਨੂੰ ਉਸ ਟਾਇਲਟ ਨੂੰ ਗੁਰੂ ਘਰ ਦੀ ਜਿੱਥੇ ਕੀ ਸਰਕਾਰੀ ਸੋਚਾਲਿਆਂ ਨਾਲੋਂ ਵੀ ਬੁਰਾ ਹਾਲ ਸੀ ਉਸ ਬਾਥਰੂਮ ਨੂੰ ਟਾਇਲਟ ਨੂੰ ਗੁਰੂ ਘਰ ਦੀ ਵਧੀਆ ਉਸਾਰੀ ਕਰਕੇ ਤਕਰੀਬਨ ਸਵਾ ਲੱਖ ਰੁਪਇਆ ਖਰਚ ਗਏ ਉਸ ਬਾਥਰੂਮ ਨੂੰ ਵਧੀਆ ਬਣਾਇਆ ਪੂਰੇ ਗੁਰੂ ਘਰ ਦੇ ਵਿੱਚ ਫਾਲਸ ਸਿਲਿੰਗ ਕਰਵਾਈ ਤਕਰੀਬਨ 3.5 ਲੱਖ ਰੁਪਇਆ ਖਰਚ ਗਏ ਗੁਰੂ ਘਰ ਦੇ ਵਿੱਚ ਏਸੀ ਚਲਵਾਏ ਸੰਗਤਾਂ ਦੇ ਵੱਲੋਂ ਏਸੀ ਡੋਨੇਟ ਕਰਵਾ ਕੇ ਜਿੱਥੇ ਗੁਰੂ ਘਰ ਦੀ ਸੇਵਾਦਾਰੀ ਮੈਨੂੰ ਮਿਲੀ ਉਸ ਗੁਰੂ ਘਰ ਦੇ ਬਿਲਕੁਲ ਸਾਹਮਣੇ ਵਾਲੀ ਬਿਲਡਿੰਗ ਵੀ ਉਸ ਗੁਰੂ ਘਰ ਦੀ ਸੀ ਬੜੀ ਹਿੰਮਤ ਦੀ ਗੱਲ ਗنیمਤ ਦੀ ਗੱਲ ਕਿ ਸਰਕਾਰੀ ਮਹਿਕਮੇ ਨੇ ਵੀ ਸਾਡਾ ਸਾਥ ਦਿੱਤਾ ਗੁਰੂ ਘਰ ਦੀ ਬਿਲਡਿੰਗ ਦੇ ਸਾਹਮਣੇ ਵਾਲੀ ਬਿਲਡਿੰਗ ਦੇ ਉੱਤੇ ਜਦੋਂ ਰੋਡ ਦੇ ਉੱਤੇ ਲੈਂਟਰ ਪਾਇਆ ਤਾਂ ਬੜੀ ਸੁੰਦਰ ਅਸੀਂ ਉੱਥੇ ਪਾਲਕੀ ਬਣਾ ਕੇ ਤਿਆਰ ਕੀਤੀ ਜਿਹੜੀ ਕਿ ਦੂਰੋਂ ਹੀ ਚਮਕਦੀ ਔਰ ਪਤਾ ਲੱਗਦਾ ਕਿ ਉਹ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਾਲਕੀ ਤਿਆਰ ਕਰ ਦਿੱਤੀ ਗਈ। ਤਕਰੀਬਨ 15-16 ਲੱਖ ਰੁਪਏ ਦੇ ਕਾਰਜ ਆਪਣੇ ਸਮੇਂ ਦੇ ਵਿੱਚ ਅਸੀਂ ਗੁਰੂ ਘਰ ਦੇ ਵਿੱਚ ਕਰਾਏ ਤੇ ਤਕਰੀਬਨ 7 ਲੱਖ ਰੁਪਏ ਦੇ ਕਰੀਬ ਅਸੀਂ ਉਸ ਸੰਗਤਾਂ ਦੇ ਸਹਿਯੋਗ ਕੀਤੇ ਜਿਹੜੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਇਹ ਆਸ ਰੱਖ ਕੇ ਆਉਂਦੀਆਂ ਨੇ ਕਿ ਭਈ ਮੈਂ ਉਸ ਨਿਸ਼ਾਨ ਸਾਹਿਬ ਨੂੰ ਵੇਖ ਕੇ ਉਸ ਗੁਰੂ ਘਰ ਦੇ ਵਿੱਚ ਆਇਆ ਵਾਂ ਤਾਂ ਕਿ ਮੇਰੀ ਬਾਹ ਫੜੀ ਜਾਏ ਮੇਰਾ ਸਹਿਯੋਗ ਕੀਤਾ ਜਾਏ ਪੂਰੇ 7.5 ਸਾਲ ਇਸ ਤਰ੍ਹਾਂ ਦਾ ਕੋਈ ਸਖਸ਼ ਗੁਰੂ ਘਰ ਦੇ ਵਿੱਚੋਂ ਨਿਰਾਸ਼ ਹੋ ਕੇ ਨਹੀਂ ਗਿਆ ਜਦ ਤੱਕ ਦਾਸ ਉੱਥੇ ਖੁਦ ਮੁੱਖ ਸੇਵਾਦਾਰੀ ਨਿਭਾਉਂਦਾ ਰਿਹਾ। ਅਸਲ ਵਿੱਚ ਮੁੱਖ ਸੇਵਾਦਾਰੀ ਦਾ ਮੁੰਡਲਾ ਫਰਜ਼ ਇਹੀ ਬੰਦਾ ਕਿ ਗੁਰੂ ਘਰ ਦੇ ਵਿੱਚ ਕੋਈ ਆਸ ਰੱਖ ਕੇ ਆਵੇ ਤੇ ਉਹਦੀ ਆਸ ਨਾ ਟੁੱਟੇ ਉਹਦੀ ਬਾਹ ਫੜੀ ਜਾਏ ਕਿਉਂਕਿ ਉਹ ਪ੍ਰਬੰਧਕਾਂ ਨੂੰ ਮੁੱਖ ਸੇਵਾਦਾਰਾਂ ਨੂੰ ਮੈਂ ਆਪਣੀ ਇਸ ਵੀਡੀਓ ਰਾਹੀਂ ਅੱਜ ਦੱਸ ਦੇਣਾ ਚਾਹੁੰਦਾ ਕਿ ਬੜੇ ਹੰਕਾਰ ਦੇ ਵਿੱਚ ਕਈ ਮੁੱਖ ਸੇਵਾਦਾਰ ਬੈਠੇ ਹੁੰਦੇ ਨੇ ਕੁਰਸੀ ਤੇ ਅਗਰ ਕੋਈ ਗੁਰੂ ਘਰ ਦੇ ਵਿੱਚ ਕੋਈ ਸਹਾਇਤਾ ਲੈਣਾ ਜੇ ਤੇ ਉਹਨੂੰ ਦਿੱਤਕਾਰ ਕੇ ਆਪਣੇ ਦਫ਼ਤਰ ਚੋਂ ਬਾਹਰ ਕੱਢ ਦਿੰਦੇ ਨੇ ਔਰ ਇਹ ਸ਼ਬਦ ਇਸਤੇਮਾਲ ਕਰਦੇ ਨੇ ਕਿ ਇਸ ਕੰਮਾਂ ਵਾਸਤੇ ਸਾਡੇ ਕੋਲ ਫੰਡ ਨਹੀਂ ਹੈ ਅਸੀਂ ਖੁਦ ਗੁਰੂ ਘਰ ਦੇ ਵਿੱਚ ਏਸੀ ਲਗਵਾਉਣ ਜਾ ਰਹੇ ਹਾਂ ਅਸੀਂ ਗੁਰੂ ਘਰ ਦੇ ਵਿੱਚ ਕੰਮ ਕਰਾਉਣ ਜਾ ਰਹੇ ਹਾਂ ਸਾਡੇ ਕੋਲ ਉੱਥੇ ਫੰਡ ਹੈਗਾ ਮਗਰ ਕਿਹ ਗਰੀਬ ਦੀ ਬਾਹ ਫੜਨ ਵਾਸਤੇ ਉਹ ਪ੍ਰਬੰਧਕਾ ਕੋਲ ਫੰਡ ਨਹੀਂ ਹੁੰਦਾ ਮੈਂ ਦੱਸ ਦੇਣਾ ਚਾਹਨਾ ਉਹ ਪ੍ਰਬੰਧਕਾਂ ਨੂੰ ਕਿ ਜੇ ਕੋਈ ਗੁਰੂ ਘਰ ਦੇ ਵਿੱਚ ਚੱਲ ਕੇ ਆਂਦਾ ਉਹ ਆਪਣੇ ਬਾਪ ਦੇ ਘਰ ਚੱਲ ਕੇ ਆਂਦਾ ਇਹ ਇਹ ਆਸ ਰੱਖ ਕੇ ਮੇਰਾ ਪਿਤਾ ਬਟਾ ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਗੁਰੂ ਦੇ ਚਰਨਾਂ ਵਿੱਚ ਅਰਦਾਸ ਲੈ ਕੇ ਆਂਦਾ ਤੁਹਾਡਾ ਕੰਮ ਹੈ ਪ੍ਰਬੰਧਕਾਂ ਦਾ ਸਿਰਫ ਪ੍ਰਬੰਧਕੀ ਨੂੰ ਦੇਖਣਾ ਦੇਖ ਰਹਿਕ ਕਰਨ ਵਾਸਤੇ ਤੁਹਾਨੂੰ ਉੱਥੇ ਬਿਠਾਇਆ ਜਾਂਦਾ ਨਾ ਕਿ ਉੱਥੇ ਦਾ ਮਾਲਕ ਬਣਨ ਵਾਸਤੇ ਜਾਦਾ ਤੱਕ ਜਾਦਾ ਤੱਕ ਪ੍ਰਬੰਧਕ ਜਾਦਾ ਤੱਕ ਪ੍ਰਬੰਧਕ ਇਹ ਹੀ ਕੰਮ ਕਰਦੇ ਨੇ ਕਿ ਕਹੇ ਮਜਬੂਰ ਦਾ ਹੱਥ ਨਹੀਂ ਫੜਦੇ ਮਗਰ ਗੁਰੂ ਘਰਾਂ ਦੀ ਉਸਾਰੀ ਵਿੱਚ ਬੇਮਤਲਬ ਤੋਂ ਸੰਗਤ ਦਾ ਪਹਾ ਉਜਾੜੀ ਜਾਂਦੇ ਨੇ ਲਗਾਈ ਜਾਂਦੇ ਨੇ ਬੜੇ ਵਧੀਆ ਵਧੀਆ ਕਾਰਜ ਕੀਤੇ ਹੁੰਦੇ ਨੇ ਉਹ ਕਾਰਜਾਂ ਨੂੰ ਤੋੜ ਕੇ ਦੁਬਾਰਾ ਉਸਾਰੀ ਕੀਤੀ ਜਾਂਦੀ ਹੈ ਸਿਰਫ ਕਿਉਂ ਲੋਕੀ ਉਹ ਕਾਰਜ ਦਿਖਾਣੇ ਨੇ ਸੰਗਤ ਨੂੰ ਖੁਸ਼ ਕਰਨਾ ਕਿ ਮੈਂ ਇਹ ਕੰਮ ਕੀਤਾ ਮੈਂ ਇਹ ਕੰਮ ਕੀਤਾ ਸੰਗਤ ਦੀ ਤਕਰੀਬਨ 22 ਤੋਂ 23 ਲੱਖ ਰੁਪਿਆ ਅਸੀਂ ਆਪਣੀ ਕਮੇਟੀ ਦੇ ਨਾਲ ਮਿਲ ਕੇ ਗੁਰੂ ਘਰ ਦੇ ਵਿੱਚ ਕੀਤੇ ਮਗਰ ਕਿਸੇ ਦੇ ਕੋਲ ਜਾ ਕੇ ਝੋਲੀ ਅਡ ਕੇ ਆ ਨਹੀਂ ਕਿਹਾ ਨਾ ਕਿਸੇ ਨੂੰ ਐਕਸਟਰਾ ਜਾ ਕੇ ਕਿਹਾ ਕਿ ਪਈ ਗੁਰੂ ਘਰ ਦਾ ਇਹ ਕੰਮ ਰੁਕਿਆ ਪਿਆ ਤੇ ਸਾਡਾ ਸਹਿਯੋਗ ਕੀਤਾ ਜੇ ਅਸੀਂ ਗੁਰੂ ਘਰ ਦੇ ਚ ਇਹ ਕੰਮ ਕਰਨ ਜਾ ਰਹੇ ਹਾਂ ਨਾ ਕਦੀ ਕਿਸੇ ਨੂੰ ਜਾ ਕੇ ਇਹ ਕਿਹਾ ਕਿ ਸਾਡੇ ਗੁਰੂ ਘਰ ਦਾ ਬਿਜਲੀ ਦਾ ਬਿੱਲ 50000 ਆ ਗਿਆ ਜਾਂ ਲੱਖ ਆ ਗਿਆ ਤੇ ਸਹਿਯੋਗ ਕਰੋ ਸੰਗਤ ਜੀ ਅਸੀਂ ਬਿਜਲੀ ਦੇ ਬਿੱਲ ਭਰਨੇ ਨੇ ਲਾਹਨਤ ਹੈ ਇਹੋ ਜੇ ਕਮੇਟੀਆਂ ਦੇ ਉੱਤੇ ਮੈਂ ਉਹ ਕਮੇਟੀਆਂ ਨੂੰ ਵੀ ਪੁੱਛਣਾ ਚਾਹਨਾ ਕਿ ਜਦੋਂ ਤੁਹਾਡੇ ਘਰ ਦੇ ਬਿੱਲ ਵੱਧ ਆ ਜਾਣ ਜਾਂ ਤੁਹਾਡੇ ਘਰ ਦੇ ਖਰਚੇ ਵੱਧ ਹੋ ਜਾਣ ਕੀ ਤੁਸੀਂ ਲੋਕਾਂ ਦੇ ਕੋਲ ਝੋਲੀ ਚੁੱਕ ਕੇ ਮੰਗਣ ਜਾਂਦੇ ਹੋ ਆਪਣੇ ਉਸ ਪਿਤਾ ਦੀ ਪਤ ਲਾਣ ਵਾਸਤੇ ਤੁਸੀਂ ਲੋਕਾਂ ਦੇ ਘਰ ਚਲੇ ਜਾਂਦੇ ਹੋ ਕਿ ਸਾਡੇ ਕੋਲ ਫੰਡ ਮੁੱਕ ਗਿਆ ਫੰਡ ਨੂੰ ਇਸਤਮਾਲ ਉਸ ਔਰਤ ਕੇ ਨਾਲ ਕਰੋ ਕਿ ਸਾਨੂੰ ਐਕਸਟਰਾ ਕਿਸੇ ਕੋਲ ਜਾਣ ਦੀ ਲੋੜ ਨਾ ਪਏ ਸੰਗਰਾਮ ਦੀ ਕਲੈਕਸ਼ਨ ਅਲੱਗ ਹੁੰਦੀ ਏ ਗੁਰੂ ਘਰ ਦੇ ਵਿੱਚ ਜੋ ਸੰਗਤ ਆਂਦੀ ਏ ਗੁਰੂ ਦੀ ਗੋਲਕ ਦੇ ਵਿੱਚ ਮਾਇਆ ਪਾਉਂਦੀ ਏ ਸਿਰਫ ਇਸੇ ਕਰਕੇ ਪਾਉਂਦੀ ਏ ਗੁਰੂ ਘਰ ਦੇ ਕੰਮ ਗੁਰੂ ਘਰ ਦਾ ਸੁਚੱਜਾ ਪ੍ਰਬੰਧ ਤੁਸੀਂ ਚਲਾ ਸਕੋ ਨਾ ਕਿ ਤੁਸੀਂ ਕੀਤੇ ਹੋਏ ਕੰਮਾਂ ਨੂੰ ਤੋੜ ਕੇ ਦੁਬਾਰਾ ਕਰਾ ਸਕੋ ਮੈਂ ਪ੍ਰਾਊਡ ਫੀਲ ਕਰਦਾ ਮੈਨੂੰ ਫਖਰ ਹੈ ਇਸ ਗੱਲ ਦੇ ਉੱਤੇ ਕਿ ਜਦ ਤੱਕ ਮੈਂ ਰਿਆ ਮੈਂ ਸੰਗਤ ਦੇ ਵਾਸਤੇ ਖੁੱਲਾ ਪੈਸਾ ਖਰਚਿਆ ਖੁੱਲੀ ਗੋਲਕ ਵਰਤੀ ਸੰਗਤ ਵਾਸਤੇ ਸਿਰਫ ਇਸ ਕਰਕੇ ਕਿ ਮੇਰੇ ਪਿਤਾ ਦੇ ਸਿਧਾਂਤ ਐ ਹੀ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਔਰ ਮੈਨੂੰ ਇਹਦਾ ਕੋਈ ਮਾਇੂਸੀ ਨਹੀਂ ਮਹਿਸੂਸ ਹੋ ਰਹੀ ਮੈਨੂੰ ਫਕਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਗੁਰੂ ਦੇ ਗੋਲਕ ਨੂੰ ਗੁਰੂ ਦੇ ਪੈਸੇ ਨੂੰ ਸਹੀ ਜਗ੍ਹਾ ਸੰਗਤ ਦੇ ਪੈਸੇ ਨੂੰ ਇਸਤੇਮਾਲ ਕੀਤਾ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਕਾਰਜ ਅਸੀਂ 7.5 ਸਾਲਾਂ ਤੋਂ ਗੁਰੂ ਘਰ ਦੇ ਵਿੱਚੋਂ ਕਰਦੇ ਰਹੇ ਗੁਰੂ ਦੀ ਗੋਲਕ ਦੇ ਵਿੱਚੋਂ ਉਹ ਸਾਰੇ ਕਾਰਜ ਨਵੀਂ ਕਮੇਟੀ ਨੇ ਆਂਦੇ ਹੀ ਸਾਰੇ ਬੰਦ ਕਰ ਦਿੱਤੇ ਉਹ ਮਜਬੂਰ ਪਰਿਵਾਰਾਂ ਦੇ ਰਾਸ਼ਨ ਬੰਦ ਕਰ ਦਿੱਤੇ ਉਹ ਲੋਕਾਂ ਦੀ ਦਵਾਈਆਂ ਬੰਦ ਕਰ ਦਿੱਤੀਆਂ ਜਿਹੜੇ ਲੋਕ ਬੜੀ ਆਸ ਨਾਲ ਗੁਰੂ ਘਰ ਦੇ ਵਿੱਚੋਂ ਆਸ ਰੱਖਦੇ ਸੀ ਤਾਂ ਕਿ ਸਾਨੂੰ ਇੱਥੋਂ ਰਾਸ਼ਨ ਵੀ ਮਿਲੇਗਾ ਦਵਾਈ ਵੀ ਮਿਲੇਗੀ ਤੇ ਪੜ੍ਹਾਈ ਵੀ ਮਿਲੇਗੀ ਉਸ ਚੀਜ਼ਾਂ ਨੂੰ ਸਾਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੰਗਤ ਨੂੰ ਬੇਨਤੀ ਅਸਲੀ ਕਾਰਜ ਕੀ ਨੇ ਗੁਰੂ ਘਰ ਦੇ ਪ੍ਰਬੰਧ ਨੂੰ ਚਲਾਉਂਦੇ ਅਸੀਂ ਕੋਸ਼ਿਸ਼ ਕੀਤੀ ਹੈ ਨਿਮਾਣੀ ਜੀ ਤੁਹਾਡੇ ਸਾਹਮਣੇ ਉਹ ਸੱਚਾਈ ਰੱਖਣ ਦੀ ਮੈਂ ਮੈਨੂੰ ਫਕਰ ਹੈ ਮੈਂ ਸੰਗਤ ਦਾ ਵਿਚਾਰ ਜ਼ਰੂਰ ਚਾਹਾਂਗਾ ਕਿ ਅਸੀਂ ਗੁਰੂ ਘਰ ਦੀ ਗੋਲਕ ਨੂੰ ਮਜਬੂਰ ਲੋਕਾਂ ਵਾਸਤੇ ਲੋੜਵੰਦ ਪਰਿਵਾਰਾਂ ਵਾਸਤੇ ਅਗਰ ਇਸਤੇਮਾਲ ਕੀਤਾ ਕਿ ਅਸੀਂ ਕੋਈ ਗੁਨਾਹ ਕੀਤਾ ਸੰਗਤ ਕਮੈਂਟ ਰਾਹੀਂ ਜ਼ਰੂਰ ਦੱਸੇ ਤੇ ਮੈਂ ਸੰਗਤ ਨੂੰ ਬੇਨਤੀ ਕਰਾਂ ਮਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਉਹ ਪ੍ਰਬੰਧਕਾਂ ਤੱਕ ਜਰੂਰ ਪਹੁੰਚਾਈ ਜਾਏ ਜਿਹੜੇ ਪ੍ਰਬੰਧਕ ਸਿਰਫ ਗੁਰੂ ਦੀ ਗੋਲਗ ਨੂੰ ਇਕੱਠੇ ਕਰਨ ਚ ਲੱਗੇ ਨੇ ਜਾਂ ਆਪਣੇ ਬੈਂਕ ਬੈਲੈਂਸ ਵਿੱਚ ਐਫ ਡੀਆਂ ਬਣਾ ਬਣਾ ਕੇ ਬੈਠੇ ਨੇ ਲੇਕਿਨ ਕਹਿ ਮਜਬੂਰ ਦੀ ਬਾਣੀ ਫੜਦੇ ਇਤਨੀ ਬੇਨਤੀ ਪ੍ਰਵਾਨ ਕਰਨੀ ਵੀਡੀਓ ਸ਼ੇਅਰ ਕਰਨੀ ਤੇ ਸਾਡੇ ਵਿਚਾਰਾਂ ਨਾਲ ਅਗਰ ਸਿਆਮਤ ਹੋਇਓ ਤੇ ਕਮੈਂਟ ਰਾਹੀ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ